ਆਈਸਕ੍ਰੀਮ ਦੀਆਂ ਡੰਡੀਆਂ ਤੋਂ ਬਣਿਆ ਸਟਿੱਕਮੈਨ ਸੰਤੁਲਨ ਪ੍ਰਗਟ ਕਰਨ ਵਾਲਾ ਖਿਡੌਣਾ ਹੈ। ਇਹ ਸਟਿੱਕਮੈਨ ਆਈਸਕ੍ਰੀਮ ਦੀਆਂ ਡੰਡੀਆਂ ਨੂੰ ਚਿਪਕਾਉਣ ਜਾਂ ਸਟੈਪਲ ਕਰਕੇ ਬਣਾਇਆ ਗਿਆ ਹੈ। ਚਿਹਰਾ ਇੱਕ ਬੋਤਲ ਦੇ ਢੱਕਣ ਤੋਂ ਬਣਾਇਆ ਗਿਆ ਹੈ। ਸਟੈਂਡ ਇੱਕ ਪੁਰਾਣੀ ਸੀਡੀ, ਬੋਤਲ ਦੇ ਢੱਕਣ ਅਤੇ ਸੁੱਕੇ ਹੋਏ ਸਕੈਚਮੈਨ ਤੋਂ ਬਣਿਆ ਹੈ। ਇਸ ਸਟਿੱਕਮੈਨ ਦੀਆਂ ਦੋ ਲੱਤਾਂ ਹਨ ਜਿਨ੍ਹਾਂ ਨੂੰ ਚੁੰਬਕਾਂ ਨਾਲ ਵਜ਼ਨ ਪਾ ਕੇ ਭਾਰਾ ਕੀਤਾ ਗਿਆ ਹੈ। ਇਹ ਭਾਰੀਆਂ ਲਟਕਦੀਆਂ ਲੱਤਾਂ ਇਸ ਸਟਿੱਕਮੈਨ ਨੂੰ ਸਥਿਰਤਾ ਪ੍ਰਦਾਨ ਕਰਦੀਆਂ ਹਨ। ਜਦੋਂ ਤੁਸੀਂ ਸਟਿੱਕਮੈਨ ਦਾ ਤਿੱਖਾ ਕੋਨਾ ਸਕੈਚਮੈਨ 'ਤੇ ਰੱਖਦੇ ਹੋ, ਉਹ ਆਪਣੇ ਆਪ ਨੂੰ ਸੰਤੁਲਨ ਕਰ ਲੈਂਦਾ ਹੈ। ਉਹ ਹਿਲਦਾ, ਝੂਲਦਾ ਅਤੇ ਨੱਚਦਾ ਹੈ। ਉਹ ਕਰਤੱਵ ਵੀ ਵਿਖਾਉਂਦਾ ਹੈ ਕਿਉਂਕਿ ਉਸਦਾ ਗੁਰਦੁਆ ਕੇਂਦਰ ਥੱਲੜੇ ਹਿੱਸੇ 'ਤੇ ਹੋਵੇਗਾ। ਤੁਸੀਂ ਇਸ ਸਟਿੱਕਮੈਨ ਨੂੰ ਆਪਣੀਆਂ ਉਂਗਲਾਂ 'ਤੇ ਵੀ ਨਚਾ ਸਕਦੇ ਹੋ।